स्वागत करते सारे ना पंजाबी सिलाई कढ़ाई चैनल ते मेरे वालों सारों प्यार भरी सत श्री अकाल। अज असी तुहानू जानकारी देवांगे कमीज विच डिजाइन पाउण दा तरीका। जिस तरह कि आपां वर्क कराउंदे आं वर्क आपां नूं बहुत ज़्यादा महंगा पैंदा, कमीज विच डिजाइन पाउण दा तरीका दस्सांगे। तुसीं घर बैठे डिजाइन किद्दां बना सकदे होंगे, प्लेन कमीज विच भी बना सकदे हो, प्लेन सूट विच, प्रिंट विच भी बना सकदे हो। इहड़ा आपां डिजाइन तैयार करांगे, इस तरह दा डिजाइन तैयार करांगे। ਇਹੜਾ ਆਪਣੇ ਕਮੀਜ਼ ਤਿਆਰ ਕਰਿਆ ਘੱਗਰੇ ਨਾਲ, ਘੱਗਰਾ ਸੂਟ ਤਿਆਰ ਕਰਿਆ ਛੋਟਾ ਛੋਟੇ ਬੱਚੇ ਦਾ। ਇਹੜਾ ਲੈਸਾਂ ਦਾ ਡਿਜ਼ਾਇਨ, ਵਾਈਟ ਡਿਜ਼ਾਇਨ ਪਾਇਆ। ਇਸ ਤਰ੍ਹਾਂ ਦੀ ਸਾਰੀ ਜਾਣਕਾਰੀ ਦੇਵਾਂਗੇ ਤੁਹਾਨੂੰ। ਤੁਸੀਂ ਇਸ ਤਰ੍ਹਾਂ ਕਿਸ ਡਿਜ਼ਾਇਨ ਪਾ ਸਕਦੇ ਹੋ ਘਰ ਬੈਠੇ। ਕਢਾਈ ਕਰਨੀ ਵਰਕ ਕਰਵਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ, ਤੁਸੀਂ ਘਰ ਬੈਠੇ ਇਸ ਤਰ੍ਹਾਂ ਦੇ ਡਿਜ਼ਾਇਨ ਬਣਾ ਸਕਦੇ ਹੋਗੇ। ਇਹ ਸਾਰੀ ਜਾਣਕਾਰੀ ਦੇਵਾਂਗੇ ਤੁਹਾਨੂੰ। ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਧਿਆਨ ਨਾਲ ਦੇਖਣਾ ਹੈ। ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ, ਤਾਂ ਕਿ ਜਿਹੜੀਆਂ ਆਪਣੀਆਂ ਨਵੀਆਂ ਵੀਡੀਓ ਆਉਂਦੀਆਂ ਨੇ ਉਹਨਾਂ ਦੀ ਜਾਣਕਾਰੀ ਤੁਹਾਨੂੰ ਜਲਦ ਮਿਲ ਸਕੇ। ਜੇ ਆਪਣੇ ਕੋਲ ਕਮੀਜ਼ ਦਾ ਫਰੰਟ ਆ, ਇਸ ਉੱਪਰ ਆਪਾਂ ਵਾਈਟ ਲੈਸ ਨਾਲ ਡਿਜ਼ਾਇਨ ਬਣਾਵਾਂਗੇ। ਇਸ ਉੱਪਰ ਆਪਾਂ ਦੋ ਲੈਸਾਂ ਦਾ ਇਸਤੇਮਾਲ ਕਰਾਂਗੇ, ਇੱਕ ਆਪਣੇ ਕੋਲ ਬਰੀਕ ਲੈਸ, ਉਸ ਤੋਂ ਬਾਅਦ ਇੱਕ ਹੈਗੀ ਆਪਣੇ ਕੋਲ ਡੇਢ ਇੰਚ ਚੌੜੀ। ਜਿਹੜੇ ਆਪਾਂ ਨਿਸ਼ਾਨ ਲਾਉਣੇ ਨੇ ਇਹ ਗੈਪ ਨਾਲ ਲਾਉਣੇ ਨੇ। ਪਹਿਲਾਂ ਆਪਾਂ ਲਾਵਾਂਗੇ ਨਿਸ਼ਾਨ 6 ਇੰਚ ਦੇ ਉੱਪਰ ਤੋਂ ਲੈ ਕੇ, ਕਿਉਂਕਿ ਇਸਦਾ ਜਿਹੜਾ ਆਪਣੇ ਗਲਾ ਲਾਉਣਾ ਸਿਰਫ 1.5 ਇੰਚ ਲਾਉਣਾਗਾ, ਜਾਂ 4.5 ਇੰਚ ਜਾਂ 5 ਇੰਚ ਲਾਵਾਂਗੇ। ਇੱਕ ਜਿਹੜੀ ਲੈਸ ਆਊਗੀ ਆਪਣੇ ਗਲੇ ਦੇ ਨੀਚੇ ਆਊਗੀ, ਉਸ ਤੋਂ ਬਾਅਦ ਦੂਸਰਾ ਗੈਪ ਆਪਾਂ ਨੇ 5-5 ਇੰਚ ਦਾ ਰੱਖਣਾ। ਇਹ ਗੈਪ ਆਪਾਂ 5-5 ਇੰਚ ਦਾ ਰੱਖਾਂਗੇ। ਇਸ ਜਗ੍ਹਾ 'ਤੇ ਆਪਣੇ ਬਰੀਕ ਲੈਸ ਦਾ ਇਸਤੇਮਾਲ ਕਰਾਂਗੇ। ਉਸ ਤੋਂ ਬਾਅਦ ਜਿਹੜੀ ਆਪਣੇ ਕੋਲ 1.5 ਇੰਚ ਚੌੜੀ ਲੈਸ ਆ, ਉਸਨੂੰ ਆਪਾਂ ਸਾਈਡਾਂ 'ਤੇ ਇਸਤੇਮਾਲ ਕਰਾਂਗੇ। ਇਹ ਆਪਾਂ ਨੇ 5 ਨਿਸ਼ਾਨ ਲਾ ਕੇ ਤਿਆਰ ਕਰ ਲਿਆ। ਉਸ ਤੋਂ ਬਾਅਦ ਇਹ ਜਿਹੜਾ ਆਪਣਾ ਸੈਂਟਰ ਬਣਿਆ ਹੋਇਆ ਕਮੀਜ਼ ਦਾ, ਦੇਖੋ ਤੁਹਾਨੂੰ ਦਿਖਾਈ ਦਿੰਦਾ ਹੋਣਾ, ਇਸ ਸੈਂਟਰ ਵਿੱਚੋਂ ਆਪਾਂ ਨੇ 4-4 ਇੰਚ ਦੇ ਨਿਸ਼ਾਨ ਦੋਨੇ ਸਾਈਡਾਂ 'ਤੇ ਲਾਉਣੇ, ਯਾਨੀ ਕਿ 8 ਇੰਚ ਦਾ ਆਪਣੇ ਗੈਪ ਰੱਖਣਾ ਗਾ। ਇਸ ਤਰ੍ਹਾਂ ਆਪਾਂ ਨੇ ਨਿਸ਼ਾਨ ਲਾਉਣੇ ਨੇ। ਇਹਨਾਂ ਨਿਸ਼ਾਨਾਂ ਉੱਪਰ ਆਪਾਂ ਜਿਹੜੀ ਆਪਣੀ 1.5 ਇੰਚ ਚੌੜੀ ਲੈਸ ਆ ਉਸਦਾ ਇਸਤੇਮਾਲ ਕਰਾਂਗੇ। ਜਿਹੜੇ ਆਪਾਂ ਨਿਸ਼ਾਨ ਲਾਉਣੇ ਉੱਪਰ ਤੱਕ ਲਾਵਾਂਗੇ, ਕਿਉਂਕਿ ਜਿਹੜੀ ਆਪਾਂ ਨੇ ਲੈਸ ਲਾਉਣੀ ਹੈ ਉੱਪਰ ਤੱਕ ਲੈ ਕੇ ਜਾਵਾਂਗੇ ਇਸਨੂੰ। ਉਸ ਤੋਂ ਬਾਅਦ ਆਪਣੇ ਲਾਉਣੇ ਨੇ ਸਾਈਡਾਂ ਦੇ ਨਿਸ਼ਾਨ, ਕਿਉਂਕਿ ਜਿਹੜੀ ਆਪਣੇ ਜਿਹੜੀ ਬਰੀਕ ਲੈਸ ਆ ਉਸਨੂੰ ਆਪਣੇ ਬਰੀਕ ਲਾਉਣਾ ਗਾ। ਜਿਸ ਤਰ੍ਹਾਂ ਕਿ ਆਪਣੇ 5 ਇੰਚ ਦਾ ਗੈਪ ਰੱਖਿਆ ਹੋਇਆ, ਇਸ ਤਰ੍ਹਾਂ ਇਸਨੂੰ ਆਪਾਂ 2.5 ਇੰਚ ਦੇ ਨਿਸ਼ਾਨ ਲਾਉਣਾ ਗਾ। ਇਸ ਤਰ੍ਹਾਂ ਇਹ ਆਪਣੇ 2.5 ਇੰਚ ਦੇ ਨਿਸ਼ਾਨ ਹੋ ਗਿਆ। ਜਿਹੜਾ ਉੱਪਰਲਾ ਨਿਸ਼ਾਨ ਲਾਵਾਂਗੇ ਉਹ ਵੀ ਆਪਾਂ 2.5 ਇੰਚ 'ਤੇ ਲਾਵਾਂਗੇ। ਇਹ ਜਿਹੜਾ ਆਪਣਾ ਨਿਸ਼ਾਨ ਹੋ ਗਿਆ, 5 ਇੰਚ ਦਾ ਗੈਪ ਹੋ ਗਿਆ। ਇਸੇ ਤਰ੍ਹਾਂ ਹੀ ਆਪਾਂ ਨੇ 5-5 ਇੰਚ 'ਤੇ ਇਹ ਨਿਸ਼ਾਨ ਲਾਉਣੇ ਨੇ। ਇਹ ਦੇਖੋ ਤੁਸੀਂ, ਇਹ ਆਪਣੇ ਰੇਬ ਲਾਏ ਨੇ। ਜਿਹੜਾ ਇਹ ਗੈਪ ਹੈ ਇਹ ਵੀ ਆਪਣਾ 5-5 ਇੰਚ ਦਾ, ਜਿਹੜਾ ਆਪਣਾ ਇਹ ਗੈਪ ਹੈ ਇਹ ਵੀ 5-5 ਇੰਚ ਦਾ। ਇਸ ਤਰ੍ਹਾਂ ਆਪਾਂ ਨੇ ਇਹ ਲੈਸ ਲਾਉਣੀ ਹੈਗੀ। ਉਸ ਤੋਂ ਬਾਅਦ ਜਿਸ ਤਰ੍ਹਾਂ ਕਿ ਇਸ ਸਾਈਡ ਆਪਣੇ 5 ਇੰਚ ਦਾ ਗੈਪ ਰੱਖਿਆ, ਉਸੇ ਤਰ੍ਹਾਂ ਹੀ ਆਪਾਂ ਦੂਸਰੀ ਸਾਈਡ 5 ਇੰਚ ਗੈਪ ਦੇ ਨਿਸ਼ਾਨ ਨਾਲ ਹਿਸਾਬ ਨਾਲ ਆਪਾਂ ਨਿਸ਼ਾਨ ਲਾਵਾਂਗੇ। ਇਸੇ ਤਰ੍ਹਾਂ ਆਪਣੇ ਸਾਰੇ ਨਿਸ਼ਾਨ ਕੰਪਲੀਟ ਕਰ ਲੈਣੇ ਨੇ। ਉਸ ਤੋਂ ਬਾਅਦ ਜਿਹੜੀ ਆਪਣੇ ਡਿਜ਼ਾਇਨ ਪਾਉਣਾ ਸ਼ੁਰੂ ਕਰਾਂਗੇ। ਇਸ ਜਗ੍ਹਾ 'ਤੇ ਆਪਣੀ ਜਿਹੜੀ ਆਪਣੀ ਬਰੀਕ ਲੈਸ ਆ ਉਸਦਾ ਇਸਤੇਮਾਲ ਕਰਾਂਗੇ। ਇਸ ਤਰ੍ਹਾਂ ਜਿਹੜੇ ਆਪਾਂ ਨਿਸ਼ਾਨ ਲਾ ਕੇ ਤੁਹਾਨੂੰ ਦਿਖਾ ਰਹੇ ਹਾਂ, ਤੁਹਾਨੂੰ ਕਢਾਈ ਜਾਂ ਵਰਕ ਕਰਾਉਣ ਦੀ ਕੋਈ ਵੀ ਜ਼ਰੂਰਤ ਨਹੀਂ। ਤੁਸੀਂ ਘਰ ਵਿੱਚ ਹੀ ਸਿੰਪਲ ਸੂਟ 'ਤੇ ਤੁਸੀਂ ਡਿਜ਼ਾਇਨ ਬਣਾ ਸਕਦੇ ਹੋ, ਪ੍ਰਿੰਟ ਸੂਟ 'ਤੇ ਬਣਾ ਸਕਦੇ ਹੋ, ਸਿੰਪਲ ਸੂਟ 'ਤੇ। ਇਹ ਡਿਜ਼ਾਇਨ ਬਣਾਉਣਾ ਆਪਾਂ ਸ਼ੁਰੂ ਕਰਦੇ ਹਾਂ। ਪਹਿਲਾਂ ਜਿਹੜੀ ਬਰੀਕ ਲੈਸ ਆ ਇਸਨੂੰ ਲਾਉਣਾ ਸ਼ੁਰੂ ਕਰਾਂਗੇ ਆਪਾਂ। ਜਿਹੜੀ ਆਪਣੇ ਸ਼ੁਰੂ ਕਰਨੀ ਆ ਲੈਸ, ਜਿਸ ਤਰ੍ਹਾਂ ਕਿ ਤੁਹਾਨੂੰ ਦੱਸਿਆ ਸੀਗਾ ਆਪਾਂ ਨਿਸ਼ਾਨ ਲਾਇਆ ਸੀਗਾ 5 ਇੰਚ 'ਤੇ, ਉਸ ਜਗ੍ਹਾ ਤੋਂ ਸ਼ੁਰੂ ਕਰਨੀ ਆਪਾਂ ਨੇ ਲੈਸ।
इसनों पर दो सिलाइया भी लावे क्योंकि ये अद्धा इंच चौड़ी लैस अपने को दो सिलाइया भी लावे इसनों पर। एक सिलाई अपनी लग के तैयार है जी, जी लैस लग के तैयार है। उस तो बाद आप लावे दूसरी लैस। ये अपने पाँच पाँच इंच के निशान लाए से बिल्कुल उन्होंने उपर ही अपने शुरू करनी है लैस, क्योंकि ये अपने गैप रखे पाँच इंच का रखे। ये अपन दो लैना लग के तैयार है। इस तरह आप सारिया लैना कंप्लीट कर लेनिया ने। ये अपने को पंज लैना ने, यानी कि दो जगह देखो तुसी चार पंज लैना ने अपनिया, ये सारी ला के कंप्लीट कर लेंगे। डिजाइन बन के तैयार है। उस तो बाद अपने साइडा वाला डिजाइन बनाऊंगा, वह भी आप वाइट लैस नाल बनावेंगे। उसनों जो आप शुरू करांगे उपर तो करांगे, उपर तो शुरू करांगे। ये अपने को डेढ़ इंच चौड़ी लैस आ, इसमें आप अंदरली साइड भी ला सकते हैं, बाहरली साइड भी, जिदा कि तुम्हें वधिया लगता तुम उदा ही ला सकते हो। ये जी आप लैस लावे इस तरह लावे अंदरली साइड, जाने कि इस आप कटाम करांगे। इसनों भी आप दो सिलाइया नाल लाऊंगा। ये अपनी एक साइड पट्टी लग के तैयार है। इस तरह ही अपन ने दूसरी साइड ला लेनी है पट्टी। इसनों अपन नीचे तो शुरू करांगे, क्योंकि इस दे अंदर डिजाइन आ लैस दे, इसनों अपन नीचे तो शुरू करांगे। पहला अपने ऊपर तो शुरू करी सी। Thank you.
ਇੱਕ ਤੁਸੀਂ ਆਪਣਾ ਡਿਜ਼ਾਈਨ ਬਣ ਕੇ ਤਿਆਰ ਆ ਬਿਲਕੁਲ ਬਹੁਤ ਹੀ ਸੌਖੇ ਅਤੇ ਆਸਾਨ ਤਰੀਕੇ ਨਾਲ ਬਿਲਕੁਲ ਕਢਾਈ ਟਾਈਪ। ਇਸ ਨੂੰ ਆਪਾਂ ਜੈਂਪਰ ਨੂੰ ਹੁਣ ਜੋ ਸਾਰਾ ਤਿਆਰ ਹੋ ਗਿਆ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਆਪਣਾ ਇਹ ਕਮੀਜ਼ ਬਣ ਕੇ ਤਿਆਰ ਆ।